ਹਾਲ ਸਾਰੇ ਸ਼ਹਿਰ ਦਾਣੇ ਕਿ ਨਾਲ ਐਵਡ ਨਾ ਇਦੋ ਗਿੱਦੜ ਨਿਕਲ ਆਇਆ ਤਾਂ ਅੱਲਾ ਮਾਫ ਕਰੇ ਮੇਕੋ ਵੱਠੀ ਕੇ ਖਰਬਾ ਸਲਾਮ ਅਲੈਕੁਮ ਮਰਗਾ ਮੈਂ ਤੁਹਾਡਾ ਆਪਣਾ ਮਲਕ ਜ਼ਮਾਨ ਤੁਸੀਂ ਦੇ ਪਿਓ ਸੋ ਕਿ ਈ ਬੰਦੇ ਲਿਖੇ ਗੰਦਮ ਦੀ ਕਟਾਈ ਤੇ ਰਾਤ ਦੇ ਵੇਲੇ ਸਭ ਕਿਹੜੀ ਗੰਦਮ ਦੀ ਕਟਾਈ ਲਿਖਿਆਂਦਾ ਪਏ ਗੰਦਮ ਸਮਝਦੇ ਨਾ ਆਪਣੀ ਰਾੜ ਵਾ ਕਣਕ ਅਤੇ ਇਹ ਈ ਟਾਈਮ ਜਿੰਨਾ ਕਟਾਈ ਨਹੀਂ ਥੀਂਦੀ ਵੀ ਕਟਾਈ ਥੀ ਚੁੱਕੀ ਹੈ ਅਤੇ ਗਵਾਉਣ ਆਇਆ ਬੇਟਾ ਰਾੜ ਤੁਹਾਨੂੰ ਗਵਾਉਣ ਸਮਝਦੇ ਨਾ ਜਿਹੜੇ ਦਾਣੇ ਬਹੁ ਕੱਢੀ ਨੇ ਨਾ ਅੱਛਾ ਪਹਿਲੇ ਤੱਕ ਮਤਲਬ ਇਹ ਦੱਸਾ ਰਹੇ ਹਾਂ ਕਿ ਕਟਾਈ ਜਿੰਨਾ ਮੇਰੇ ਆਉਣ ਕਰਕੇ ਪਹਿਲੇ ਥੀ ਚੁੱਕੀ ਆ ਭਾਜੜ ਬਣਿਆ ਨਾ ਅਤੇ ਭਾਜੜ ਸਮਝਦੇ ਨਾ ਤੱਕ ਸਮਝਾਉਣੀ ਪਈ ਅਸਲ ਸਰਾਇਕੀ ਵੀ ਅੱਜ ਜਿਹਦਾ ਮਤਲਬ ਰਾੜ ਸਾਰੀ ਇਕੱਠੀ ਕਰਕੇ ਰੱਖੇ ਨੇ ਸਾਰੀ ਇਕੱਠੀ ਕੀਤੀ ਕਿਹਾ ਮੈਂ ਯੂਨੀਵਰਸਿਟੀਆਂ ਕੱਲ੍ਹ ਵੱਲਿਆਂ ਅਤੇ ਅੱਜ ਹੁਣ ਥਰੈਸ਼ਰ ਲਾਏ ਹੋਣ ਇਹ ਹੁਣ ਵੱਡੇ ਵੇਲੇ ਟਾਈਮ ਹੈ ਹੁਣ ਥਰੈਸ਼ਰ ਲਾਏ ਹੁਣ ਥਰੈਸ਼ਰ ਲਵੇਂਦੇ ਪਏ ਵੱਡਾ ਵੇਲਾ ਸਮਝਦੇ ਨਾ ਮਤਲਬ ਸਹਿਰੀ ਦਾ ਟਾਈਮ ਹੀ ਸਾਢੇ ਤਰੇ ਥੀਂਦੀ ਪਈ ਹੈ ਹੁਣ ਫੋਨ ਕੀਤੇ ਥਰੈਸ਼ਰ ਹੋਣਾ ਥੋੜ੍ਹੀ ਜਿਹੀ ਤੱਕ ਟਰੈਕਟਰ ਦੀ ਆਵਾਜ਼ ਆਉਂਦੀ ਪਈ ਸੀ ਹੁਣ ਥਰੈਸ਼ਰ ਲੱਗਦੀ ਪਈ ਹੈ ਇਹ ਵੱਲ ਤੱਕ ਸਵੇਰੇ ਮਤਲਬ ਦੇਖੀ ਅਸਾਂ ਕਿ ਤੇਰੇ ਸੋਝ ਲੱਤੀ ਆਵੇ ਨਾ ਵੀ ਕਿਵੇਂ ਥਰੈਸ਼ਰ ਲੱਗ ਖੜੀ ਹੋਏ ਅਤੇ ਕਿਵੇਂ ਰਾੜ ਗਹੀਂਦੀ ਪਈ ਅਤੇ ਕਿਵੇਂ ਭੂ ਛੂ ਜੇ ਵੋ ਹਾਲੇ ਤੱਕ ਸਿਰਫ ਇਹ ਦੱਸਦਾ ਪਿਆ ਕਿ ਇਹ ਦੇਖ ਲਓ ਕਿ ਜੱਟ ਬੰਦੇ ਜ਼ਿੰਦਗੀ ਸੌਖੀ ਕਹਿ ਨਹੀਂ ਰਾਤ ਦੇ ਸਾਢੇ ਤਰੇ ਵਜੇ ਹੁਣ ਤਾਂ ਥਰੈਸ਼ਰ ਲੈਂਦੇ ਪਏ ਠੀਕ ਹੈ ਨਾ ਰਾੜ ਸਾਰੀ ਇਕੱਠੀ ਥਈ ਲਾਤੀ ਹੈ ਬਾਕੀ ਹੁਣ ਵਾਲਾ ਅੱਲਾ ਖੈਰ ਕਰੇ ਅੱਛਾ ਆਖਣ ਮਤਲਬ ਇਹ ਕਿ ਜਿਹੜਾ ਰਾੜ ਕੱਪਣ ਵਾਲਾ ਸੀ ਨਹੀਂ ਨਾ ਉਹ ਵੱਲ ਮੈਂ ਤਾਂ ਨਿਮੀ ਦਿਖਾ ਸਕਿਆ ਕਿਉਂਕਿ ਮੇਰੀਆਂ ਕਲਾਸਾਂ ਮੈਂ ਯੂਨੀਵਰਸਿਟੀ ਹਾਂ ਪਿੱਛੋਂ ਇਹ ਅੱਬੇ ਖੜ ਕੇ ਕਪਵਈ ਹੈ ਰਾੜ ਤਾਂ ਇਹ ਵੱਲ ਤੋਂ ਦਿਖਾਵਾਂ ਜੇ ਤਾਂ ਸਾਰੇ ਪਾਸੇ ਮਸ਼ੀਨ ਦਾ ਜ਼ਿਆਦਾ ਰਿਵਾਜ਼ ਹੈ ਕਿ ਨਾ ਮਤਲਬ ਬੰਦੇ ਕਪੇ ਨੇ ਤਾਂ ਵੱਲ ਤੋਂ ਦਿਖਾਵਾਂ ਕਿ ਕਿਵੇਂ ਉਹ ਮਤਲਬ ਆਵਾਮ ਕਪੇਂਦੇ ਪਏ ਰਾੜ ਉਹ ਕਿਵੇਂ ਡੂਏਦੇ ਨੇ ਕਿਵੇਂ ਇਕੱਠੀ ਕਰਕੇ ਕਿ ਜ਼ਿਆਦਾ ਰੱਖੇ ਨੇ ਲੇਕਿਨ ਉਹ ਸੀਨ ਅਸਾਂ ਮਿਸ ਕਰ ਦਿੱਤੇ ਹੀ ਮਾਰੇ ਹੁਣ ਅਸਾਂ ਸਿਰਫ ਇਹ ਦੇਖ ਸੂ ਬਈ ਕਿਵੇਂ ਗਹੀਂਦੀ ਕਿਵੇਂ ਪਈ ਹੈ ਇਹ ਤਾਂ ਹੁਣ ਸਵੇਰੇ ਸਾਰਾ ਦਿਨ ਸੀਨ ਦਿਖੇ ਅਸਾਂ ਡੀਂ ਦਾ ਜਲੇ ਤਰੀ ਥੋੜ੍ਹਾ ਸੇ ਉਹ ਸੋਝਲਾ ਥੀ ਅਸੀਂ ਆਪੇ ਠੀਕ ਹੈ ਨਾ ਵਾਲਾ ਤਾਂ ਦੇਖ ਗਿਲੋ ਇਹ ਰਾੜ ਇਹ ਥਰੈਸ਼ਰ ਸੈੱਟ ਥੀਂਦੀ ਪਈ ਹੈ ਅੱਛਾ ਹੁਣ ਮੈਂ ਜੋ ਉੱਠਿਆ ਹੁੰਦਾ ਨਾ ਵੱਡੇ ਵੇਲੇ ਇਹਦਾ ਮਤਲਬ ਇਹ ਕਿ ਪੈਂਟੋਸ ਤਾਂ ਨਹੀਂ ਸਮਝ ਸਕਦਾ ਨਹੀਂ ਮਾਰੇ ਪੈਂਟੋਸ ਆਪਣੇ ਨਾਲ ਹੈ ਪੈਂਟੋਸ ਪਿਆਰੇ ਦੋਸਤ ਪੈਂਟੋਸ ਵੀ ਮੇਰੇ ਨਾਲ ਉੱਠਿਆ ਵਧੇ ਇਹ ਨਾਲ ਵਧਾ ਰਹੇ ਹਰ ਵੇਲੇ ਜੇ ਤੁਹਾਨੂੰ ਪਤਾ ਹੈ ਮਰਕਾ ਮਾਸ਼ਾਅੱਲਾ ਸਵੇਰੇ ਥੀ ਚੁੱਕੀ ਹੁਣ ਤੱਕ ਦਿਖਿਆ ਨਾ ਪਿਆ ਚਿੱਟਾ ਨਵਾਜ਼ ਵੇਲਾ ਤੱਕ ਦਿਖਿਆ ਨਾ ਕਿਵੇਂ ਹੁਣ ਦਾਣੇ ਬਣਦੇ ਪਏ ਥਾਕੇ ਇਹ ਭੂਏ ਹੈ ਅਤੇ ਇਹ ਟਰੈਕਟਰ ਹੈ ਇਹ ਥਰੈਸ਼ਰ ਇੱਡੇ ਦਾਣਿਆਂ ਨੇ ਇੱਡੋ ਸਾਰੀ ਇਹ ਰਲਲਾ ਥੀ ਉਹ ਗਾਹਾਂ ਵਾਲੇ ਜਿਹੜੇ ਬੰਦੇ ਨੇ ਉਹ ਵਾਲੀ ਨਾਸ਼ਤਾ ਕਰਦੇ ਪਏ ਨੇ ਮੈਂ ਆਖਿਆ ਚਲੋ ਵੀ ਤੱਕ ਜ਼ਰੀ ਪਹਿਲੇ ਇਹ ਮਾਹੌਲ ਦਿਖਾ ਕੇ ਨਾ ਵਾਲੇ ਜੇ ਚੱਲ ਸੀ ਨਾ ਵੱਲ ਆਵਾਜ਼ ਮੇਰੀ ਵਿੱਚ ਕਹਿਣਾ ਸੀ ਦੇ ਨਾ ਇਹ ਹੁਣ ਤੁਸੀਂ ਦੇਖ ਲਓ ਇਹ ਸਾਰੀ ਰਲਲਾ ਥੀ ਉਹ ਮਾਰ ਕਾਲੀ ਸਵੇਰੇ ਸਵੇਰੇ ਰੋਟੀ ਬੰਬੀ ਪੈਨ ਅਤੇ ਇਹ ਵੱਲ ਮਸੀਦ ਤੱਕ ਯਾਦ ਹੋ ਸੀ ਹੈ ਇਹ ਕਮਰਾ ਵੱਲ ਤੱਕ ਅੱਜ ਦਿਖੇ ਨਾ ਉਂਝ ਕਹਿਣਾ ਦਿਖਾਇਆ ਮੈਂ ਅੱਜ ਤਾਂ ਵੱਲ ਜਾ ਸਾਰੀ ਦੋ ਇਲਾਕਾ ਸਾਰਾ ਸਫਾ ਹੈ ਤੋੜ ਤੱਕ ਦੇਖ ਗਿਨੋ ਉਸਤਾਦੀ ਕੋਈ ਬੈਠੇ ਗੱਟੂ ਦਾਣੇ ਦੇ ਥਰ ਰੱਖੇ ਦੇਖਣੇ ਹੈ ਅਤੇ ਇਹ ਤੋੜ ਤੱਕ ਇਲਾਕਾ ਜਿੰਨਾ ਹੁਣ ਰਲ ਸਾਰੇ ਗਏ ਗਈ ਹੈ ਅਤੇ ਇਹ ਹੁਣ ਵੱਲ ਤੱਕ ਦਿਖੇ ਨਾ ਵੀ ਇੱਥੇ ਕਰਕੇ ਆਏ ਮਾਰਕਾ ਈ ਜਾ ਦੇ ਨੇੜੇ ਈ ਪਾਸੇ ਆਉਂਦਾ ਪਿਆ ਦੁਆ ਕਰੀ ਜੂ ਇੱਥੇ ਕਰ ਪਤਾ ਨਹੀਂ ਜਿੰਨ ਕਹਿਣ ਵੱਠੀ ਨਾ ਗਿਆ ਮੇਰੇ ਕੋਲ ਇਹਦੇ ਤੇ ਵੀ ਤਾਂ ਗੋਰੀਏ ਕਹੇ ਇਹ ਖੱਡਾ ਦੇ ਪਏ ਇਹਦੇ ਨਾ ਗਿੱਦੜ ਦਾ ਘਰ ਹੈ ਇਦੋਂ ਗਿੱਦੜ ਨਿਕਲ ਆਇਆ ਤਾਂ ਅੱਲਾ ਮਾਫ਼ ਕਰੇ ਮੇਰੇ ਕੋਲ ਵੱਠੀ ਕੇ ਖਰਬਾ ਜਾਂਦੇ ਸਨ ਮੈਂ ਇਦੋਂ ਪਤਲੀ ਗਲੀ ਪਕੜਵੇ ਨਾ ਇਹ ਤਾਂ ਲਿਖਿਆ ਪਿਆ ਮੇ ਜਾ ਜ਼ਰੀ ਮੈਂ ਪਈਏ ਥੇ ਇੱਥਾਂ ਕਰ ਕਈ ਦੋਰੇ ਬੈਠਾ ਪਕੇਂਦਾ ਸੀ ਅਸਾਂ ਜਿਹੜੇ ਛੋਟੇ ਆ ਸੇ ਅਤੇ ਇਹ ਜਿਹੜਾ ਕਮਰਾ ਨਾ ਇਹ ਅਸਲ ਮਸਜਿਦ ਹੀ ਪਹਿਲੇ ਜਿਹਨਾਂ ਨੂੰ ਸਾਰਾ ਦੇਰਾ ਇੱਥਾਂ ਆਉਂਦਾ ਹੀ ਨਾ ਅਸੀਂ ਜਾਂਦੇ ਹਾਂ ਤਾਂ ਇੱਥੇ ਇਹ ਮਸਜਿਦ ਹੀ ਮਿਲੇ ਇਹ ਬਾਬੇ ਦੀ ਮਸਜਿਦ ਹੀ ਬਾਬਾ ਇੱਥੇ ਨਮਾਜ਼ ਪੜ੍ਹਦਾ ਸਾਂ ਉਹਨੇ ਪੜ੍ਹਦੇ ਆ ਸੇ ਹੁਣ ਤਾਂ ਵੱਲ ਇੱਥੋਂ ਮੱਦੀ ਬਿਸਤਰਾ ਪੱਟ ਗਿਆ ਤਾਂ ਇਹ ਹੁਣ ਬਸ ਇਹਦੀ ਥੋੜ੍ਹੀ ਜਿਹੀਆਂ ਕੱਚਾਂ ਦੀਵਾਰਾਂ ਖੜ੍ਹੀਆਂ ਪੁਰਾਣਾ ਦੌਰ ਦੀ ਮਸਜਿਦ ਹੈ ਇਨ ਸ਼ਾ ਅੱਲਾ ਇੱਕ ਵਾਲਾ ਬਾਤ ਕਰੇ ਅਸੀਂ ਤਾਂ ਖੂਹ ਹੀ ਹੈ ਇੱਡੋ ਬੱਠੀ ਆਈ ਜੇ ਵੋ ਇਹ ਵਾਲਾ ਮੈਂ ਤੁਹਾਨੂੰ ਦਿਖਾ ਦੇਵਾਂ ਪਿਛਲੀ ਦਫ਼ਾ ਤੁਹਾਨੂੰ ਕਨਫਿਊਜ਼ ਹੋ ਸੋ ਵੀ ਜਾ ਕੇ ਕਿਆ ਹੈ ਆਖਿਰ ਇਹ ਵਾਲਾ ਆਪਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਰਾੜ ਦਾ ਕੰਮ ਸੀਂਦਾ ਪਿਆ ਗਹੀਂਦੀ ਪਈ ਹੈ ਇਹ ਬਾਲ ਆਉਂਦੇ ਪੈਣ ਸਵੇਰੇ ਸਿਰ ਨਾਲ ਆ ਗਏ ਨੇ ਨਾਦਲ ਥੀਂਦੇ ਪਏ ਹੁਣ ਸ਼ਾਇਦ ਦਾਣੇ ਕਿ ਜਾਣੀ ਆ ਗਏ ਨਾ ਜਿਹਨਾਂ ਨੂੰ ਚੰਗੇ ਸ਼ਾਇਦ ਦਾਣੇ ਦੇਣਾ ਖਾਏ ਵਾਲਾ ਬਾਲ ਸਾਰੇ ਸ਼ਾਇਦ ਦਾਣੇ ਕਿ ਨਾਲ ਆਏ ਬੜੇ ਨਾਲ ਅਤੇ ਸਵੇਰੇ ਸਵੇਰੇ ਟਾਈਮ ਥੋੜ੍ਹੇ ਆਏ ਨੇ ਹੁਣ ਜ਼ਿਆਦਾ ਵੀ ਆ ਗਏ ਤੱਕ ਸ਼ਾਇਦ ਦਾਣੇ ਮੈਨੂੰ ਮਰਗਾ ਦੇਵਾਂ ਇਹ ਸ਼ਾਇਦ ਦਾਣੇ ਗਿੰਦਣ ਤੱਕ ਮੈਂ ਚੰਗੇ ਕਰਕੇ ਸ਼ਾਇਦ ਦਾਣੇ ਦੇਣਾ ਜ਼ਰੀਏ ਸਬਰ ਕਰੋ ਮਰਕਾ ਤੁਹਾਡੇ ਵਿੱਚ ਵੀ ਅਗਰ ਕਈ ਕੋਈ ਸ਼ਾਇਦ ਦਾਣੇ ਹੋਵੇ ਨਾ ਮਤਲਬ ਇਹ ਜਿਵੇਂ ਹੁੰਦੇ ਸਾਰੇ ਪਾਸੇ ਰਿਵਾਜ਼ ਪਰ ਤੁਹਾਡੇ ਪਾਸੇ ਬਾਲ ਸ਼ਾਇਦ ਦਾਣੇ ਗਿੰਦਣ ਆਵੇ ਨੇ ਤਾਂ ਤੁਸੀਂ ਸ਼ਾਇਦ ਦਾਣੇ ਗਿੰਦਣਾ ਚਾਹੋ ਤਾਂ ਆ ਵਜੋ ਅੱਬਾ ਖੜ੍ਹੇ ਅੱਬਾ ਖੜ੍ਹੇ ਸਾਰਿਆਂ ਨੂੰ ਸ਼ਾਇਦ ਦਾਣੇ ਦੇ ਸੀ ਚੰਗੇ ਤਰੀਕੇ ਠੀਕ ਹੈ ਟੈਨਸ਼ਨ ਨਹੀਂ ਗਿਣੀ
अच्छा ये जिमें कि तक दसाया हम कि सवेरे कोई तकरीबन अपना साढ़े त्रै चार बजे काम असर शुरू किया हूँ इं टाइम थी पी तकरीबन साढ़े पांच ये देख जिन्हो कि तकरीबन 14 घंटे जनसा काम करें रह गए राड़ा जुहर गवें रह गए इस इंतहाई बिजी जुहार गुजरीए तो लिखे ना हूँ एक इत्था कर जरे अपना एक कड़ा इत्था करे हूँ लवाइए से हूँ एंड थी हूँ दाने चाह गए पिन मतलब अज का काम साढ़े जरना राड़ वाला काम मुकई खड़े हूँ सवेरे जरना ही भूं कुठवाने ठीक ना समझते पे वो जी मस्जिद ना सवेरे तक दसाया थ्रेशर लिया से वो भूं उथला थे हूँ उत्थान वन दिहला से मैं हाँ करना चाहता दिखावा भी वो पास सारा कितना भूं मतलब जरा कुछ थे उतो दाने शाने सा ढोक दिन हूँ दाने ते असं कम फारे थे कहना बी ई जाते ही तो हूँ इन टाइम मेरी 5 बजे मेरी 12 बज चुकी है हथ मेरे छिले च पेन तो हूँ जरना हथ मेरे छिले खड़े तो मेरे सह आखरी हूँ बिना रेस्ट करें जरी ये मार्ग हूँ तो देख तो मेरी शक्ल कहना लगता पे कि मतलब जमान इन टाइम खत्म थी चुके देख गए कि तकरीबन 14 घंटे का जरना असा सारे जीवन कमाए 14 घंटे थ्रैशर लगी रह गई उन्हें कोई रोटी शोटी नाश्ता कितने उन्हें बाद उन्हें लंच किए सराइके जाकर तो उन्हें पिछे ही खा दिए मतलब तो मैं हूँ वादा दाने ढोआ ये वो फलान ठीक काम शाम करवा तो हूँ अपनी वापसी है तो अपना जरा अज आला विला गया उतें मुकेंदे पे हैं बाल शाल कुछ शायद दाने वगैरह भी दीते से अब आप अब्बे कहना अपना खींदा कोई शायद दाने तो आपको आगे हम तुम्हें शायद दाने खींडना बनता अब्बे कहने खिन में जाए बाकी अद्धा विलाक इतें मुके तो हूँ मिलसा अगले विलाक हूँ मैं मुक गया समझो।